ਘੁੰਮਣ ਸਾਹਿਬ, ਅਸੀਂ ਪੰਜਾਬ ਦੀ ਨਵੀਂ ਖੇਤੀ ਨੀਤੀ ਦੀ ਗੱਲ ਕਰ ਰਹੇ ਹਾਂ, ਤੁਸੀਂ ਵੀ ਅਖਬਾਰਾਂ 'ਚ ਇਹਦੇ ਬਾਰੇ ਪੜ੍ਹਿਆ ਹੋਊਗਾ, ਕੀ ਟਿੱਪਣੀ ਇਹਦੇ ਬਾਰੇ? ਦੇਖੋ ਏਦਾਂ ਹੈ ਕਿ ਪਹਿਲਾਂ ਤਾਂ ਇਹ ਡਰਾਫਟ ਪਬਲਿਕ ਡੋਮੇਨ 'ਚ ਹੈ ਨਹੀਂ ਸੀ ਸੰਤ ਸਾਹਿਬ, ਪਰਸੋਂ ਸ਼ਾਮ ਨੂੰ ਇਹਨਾਂ ਨੇ ਰਿਲੀਜ਼ ਕੀਤਾ ਸਰਕਾਰ ਨੇ, ਤੇ ਕੱਲ ਅਖਬਾਰਾਂ 'ਚ ਵੀ ਆ ਗਿਆ ਸੀ, ਮੇਰੇ ਕੋਲ ਕੱਲ ਡਰਾਫਟ ਦਾ ਸਾਫਟ ਕਾਪੀ ਵੀ ਆ ਗਈ ਸੀ। ਅੱਛਾ ਜੀ, ਉਹਦੇ ਮੈਂ ਉਸ ਤੋਂ ਪਹਿਲਾਂ ਕਿ ਖੇਤੀ ਨੀਤੀ ਮੈਂ ਛੋਟੀ ਜਿਹੀ ਗੱਲ ਹੋਰ ਕਰਨੀ ਚਾਹੁੰਦਾ ਕਿ ਇਹ ਖੇਤੀ ਨੀਤੀ ਨਹੀਂ ਹੈ, ਇਹ ਖੇਤੀ ਨੀਤੀ ਦਾ ਡਰਾਫਟ ਹੈ ਜੀ, ਮਸੌਦਾ ਹੈ ਜੀ। ਸੋ ਖੇਤੀ ਨੀਤੀ ਤਾਂ ਅਜੇ ਜਦੋਂ ਸਰਕਾਰ ਇਸ ਤੇ ਫੈਸਲਾ ਕਰੇਗੀ ਤੇ ਸਰਕਾਰ ਇਸ ਨੂੰ ਖੇਤੀ ਨੀਤੀ ਦੇ ਤੌਰ ਤੇ ਰਿਲੀਜ਼ ਕਰੇਗੀ, ਉਦੋਂ ਠੀਕ ਹੈ। ਇਹ ਗਲਤ ਇਹ ਹੈ, ਅਜੇ ਤਾਂ ਉਹਨਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਹੋਰ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨੂੰ ਭੇਜੀ ਹੈ, ਔਰ ਚੰਗੀ ਗੱਲ ਹੈ ਕਿ ਪੰਜਾਬੀ ਵਿੱਚ ਵੀ ਕਰਕੇ ਭੇਜੀ ਹੈ, ਪੰਜਾਬੀ। ਅੱਛਾ, ਪੰਜਾਬੀ ਚ ਕਰ ਦਿੱਤੀ ਆ, ਪੰਜਾਬੀ ਟ੍ਰਾਂਸਲੇਸ਼ਨ ਕਰ ਦਿੱਤੀ ਹੈ, ਮੈਂ ਤੁਹਾਨੂੰ ਜੇ ਕਹੋ ਤਾਂ ਭੇਜ ਵੀ ਦਿਆਂਗਾ। ਨਹੀਂ ਠੀਕ ਹੈ, ਕਿਉਂਕਿ ਉਹ ਮੰਗ ਸੀਗੀ ਕਿਸਾਨ ਜਥੇਬੰਦੀਆਂ ਦੀ। ਨਹੀਂ, ਉਹ ਪਹਿਲਾਂ ਹੀ ਕੀਤੀ ਸੀ, ਮਿਲਤ ਪਹਿਲਾਂ ਹੀ ਪਾ ਦੇਣੀ ਚਾਹੀਦੀ ਸੀ। ਓਕੇ ਓਕੇ, ਕਿਉਂਕਿ ਇਨੀਸ਼ੀਏਟਿਵ ਤਾਂ ਹੋ ਨਹੀਂ ਸਕਦੀ ਨਾ ਜੀ। ਤੇ ਇਸ ਦੇ ਸੰਬੰਧ ਚ ਨਾ ਦੋ ਗੱਲਾਂ ਹੋਰ ਕਰਨੀ ਚਾਹੀਦੀਆਂ ਛੋਟੀਆਂ ਛੋਟੀਆਂ। ਇੱਕ ਤਾਂ ਇਹ ਪਹਿਲਾ ਡਰਾਫਟ ਨਹੀਂ ਹੈ, 2013 ਦੇ ਵਿੱਚ 22 ਮਾਰਚ 2013 ਨੂੰ ਉਸ ਵੇਲੇ ਦੇ ਜਿਹੜੇ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਸੀ ਡਾਕਟਰ ਜੀ ਐਸ ਕਾਲਕਟ ਤੇ ਕਮੇਟੀ ਐਗਰੀਕਲਚਰ ਫਾਰਮਿੰਗ ਕਮੇਟੀ ਦੇ ਚੇਅਰਮੈਨ ਸੀ, ਉਹਨਾਂ ਨੇ ਵੀ ਰਿਲੀਜ਼ ਕੀਤਾ ਸੀ। ਰਿਲੀਜ਼ ਇਸ ਤਰ੍ਹਾਂ ਨਹੀਂ ਕੀਤਾ, ਉਹਨਾਂ ਨੇ ਸਰਕਾਰ ਨੂੰ ਸਬਮਿਟ ਕੀਤਾ ਸੀਗਾ, ਪਰ ਉਹਨਾਂ ਨੇ ਡਰਾਫਟ ਸਾਂਝਾ ਕੀਤਾ ਸੀ ਐਕਸਪਰਟਸ ਨਾਲ ਤੇ ਹੋਰ ਸਟੇਕ ਹੋਲਡਰਸ ਨਾਲ। ਮੈਂ ਵੀ ਉਹਦੇ ਵਿੱਚ 2-3 ਡਿਸਕਸ਼ਨ ਵਿੱਚ ਸ਼ਾਮਿਲ ਸੀ, ਮੈਨੂੰ ਉਹਨਾਂ ਨੇ ਭੇਜਿਆ ਸੀ, ਮੈਂ ਆਪਣੇ ਵਿਊਜ਼ ਵੀ ਦਿੱਤੇ ਸੀਗੇ। ਦੂਜੀ ਜਿਹੜੀ ਹੈ, ਪਰ ਉਹ ਖੇਤੀ ਨੀਤੀ ਕਦੀ ਬਣੀ ਨਹੀਂ, ਹਾਲਾਂਕਿ ਬਹੁਤ ਵੱਡੇ ਜਿਹੜੇ ਐਗਰੀਕਲਚਰ ਮਾਹਰ ਸੀ ਉਹਨਾਂ ਵੱਲੋਂ ਸੀਗੀ। ਦੂਜੀ ਖੇਤੀ ਨੀਤੀ 2018 ਚ ਸ਼੍ਰੀ ਅਜੇ ਵੀ ਜਾਖੜ ਦੇ ਵੇਲੇ ਹੋਈ ਸੀ, ਉਹ ਵੀ ਉਹਦੇ ਵਿੱਚ ਵੀ ਉਹਨਾਂ ਨੇ ਵੀ ਡਰਾਫਟ ਭੇਜਿਆ ਸੀ ਐਕਸਪਰਟਸ ਨੂੰ ਤੇ ਹੋਰ ਸਟੇਕ ਹੋਲਡਰ ਨੂੰ, ਮੈਨੇ ਵੀ ਭੇਜਿਆ ਸੀ, ਮੈਂ 2-3 ਡਿਸਕਸ਼ਨ ਵਿੱਚ ਵੀ ਸ਼ਾਮਿਲ ਹੋਇਆ ਸੀ, ਆਪਣੇ ਵਿਊਜ਼ ਦੇ ਦਿੱਤੇ ਸੀਗੇ। ਉਹ ਜਿਹੜੀ ਪਹਿਲੀ ਖੇਤੀ ਨੀਤੀ ਉਹ 58 ਪੇਜ ਦੀ ਸੀ, ਖੇਤੀ ਨੀਤੀ ਨੀ ਡਰਾਫਟ 2013 ਵਾਲਾ ਡਰਾਫਟ ਉਹ 58 ਪੇਜ ਦਾ ਸੀ, ਤੇ ਜਿਹੜਾ ਦੂਜਾ ਸੀ 2018 ਵਾਲਾ 19 ਪੰਨਿਆਂ ਦਾ ਸੀ। ਇਹ ਜਿਹੜੇ ਨੇ 211 ਪੰਨਿਆਂ ਦਾ ਖੇਤੀ ਨੀਤੀ ਡਰਾਫਟ ਹੈ, ਤੇ ਇਹ ਤੁਹਾਨੂੰ ਯਾਦ ਹੋਏਗਾ ਕਿ 13-1-23 ਨੂੰ 13 ਜਨਵਰੀ 2023 ਨੂੰ ਸਰਕਾਰ ਨੇ ਇੱਕ 11 ਮੈਂਬਰੀ ਕਮੇਟੀ ਸਥਾਪਿਤ ਕੀਤੀ ਸੀ, ਜਿਹਦੇ ਚੇਅਰਮੈਨ ਪੰਜਾਬ ਸਟੇਟ ਫਾਰਮਰਸ ਐਂਡ ਵਰਕਰਸ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਉਸਦੇ ਕਨਵੀਨਰ ਸਨ। ਇਹ ਜਿਹੜੀ ਇੱਕ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਇਹ ਕਹਿ ਰਹੀ ਸੀ ਕਿ ਅਸੀਂ 3 ਮਹੀਨਿਆਂ ਚ ਖੇਤੀ ਨੀਤੀ ਦੇ ਦੇਣੀ ਹੈ, ਚਲੋ ਇਹ ਜਿਹੜੀ ਕਮੇਟੀ ਜਿਹੜੀ 11 ਮੈਂਬਰੀ ਇਹ ਤਾਂ ਕਾਬਲੇ ਤਾਰੀਫ ਹੈ ਕਿ ਇਹਨਾਂ ਨੇ 10 ਮਹੀਨਿਆਂ ਚ 13-10-23 ਨੂੰ ਸਰਕਾਰ ਨੂੰ ਡਰਾਫਟ ਸੌਂਪ ਦਿੱਤਾ ਸੀਗਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ 13-10-23 ਤੋਂ ਲੈ ਕੇ 16-10-24 ਤੱਕ ਗਿਆਰਾਂ ਮਹੀਨੇ ਤੋਂ ਕੁਛ ਦਿਨ ਬਾਅਦ ਇਹ ਜਨਤਕ ਕਿਉਂ ਨੀ ਕੀਤਾ ਗਿਆ, ਜਾਂ ਸਰਕਾਰ ਨੇ ਕੈਬਨਿਟ ਚ ਕਿਉਂ ਨੀ ਇਸ ਤੇ ਡਿਸਾਈਡ ਕੀਤਾ, ਜਾਂ ਜਨਤਕ ਕਰਨ ਤੋਂ ਬਾਅਦ ਲੋਕਾਂ ਤੋਂ? ਬਹੁਤ ਵੈਲਿਡ ਪੁਆਇੰਟ ਹੈ।
ਇਹ ਜਿਹੜੇ ਕਿ ਕਮੇਟੀ ਨੇ ਤਾਂ ਬੜਾ ਰਾਤ ਦਿਨ ਕਰਕੇ 10 ਮਹੀਨਿਆਂ ਚ ਰਿਪੋਰਟ ਦੇ ਦਿੱਤੀ ਔਰ ਬੜੀ ਮਤਲਬ ਕੰਪਰੀਹੈਂਸਿਵ ਰਿਪੋਰਟ ਹੈ। ਪਹਿਲੀਆਂ ਰਿਪੋਰਟਾਂ ਦੇ ਬਹੁਤ ਸਾਰੇ ਮੁੱਦੇ ਵੀ ਲਏ ਨੇ ਪਰ ਕੰਪਰੀਹੈਂਸਿਵ ਹੈ। ਪਰ ਦੂਸਰੀ ਇਹ ਸਰਕਾਰ ਨੇ ਉਸ ਤੇ ਉਹਨੂੰ ਜਨਤਕ ਕਰਨ ਲਈ 10 ਮਹੀਨੇ ਲਾ ਤੇ 11 ਮਹੀਨੇ ਮਤਲਬ ਇਹ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਨੀ ਬਣਦੀ ਹੈ ਕਿ ਇਹ ਏਦਾਂ ਕਿਉਂ ਕੀਤਾ ਗਿਆ। ਠੀਕ ਹੈ, ਵਿੱਚ ਵਿਚਾਲੇ ਜਿਹੜਾ ਬੋਸਟਨ ਗਰੁੱਪ ਹੈ ਉਹ ਵੀ ਅੰਗੇਜ ਕੀਤਾ ਗਿਆ ਕਿ ਸਾਨੂੰ ਦੱਸੋ ਖੇਤੀ ਵਿਭਿੰਨਤਾ ਕਿਵੇਂ ਕੀਤੀ ਜਾਂਦੀ ਹੈ, ਕੀਤੀ ਜਾ ਸਕਦੀ, ਉਹ ਵੀ ਬੜੀ ਸੋਹਣੀ ਗੱਲ ਸੀਗੀ। ਸੋ ਇਹ ਜਿਹੜਾ ਇਸ ਇੱਕ ਗੱਲ ਮੈਂ ਹੋਰ ਕਹਿਣ ਚਾਹਾਂਗਾ ਕਿ ਕਾਲਕਟ ਸਾਹਿਬ ਵੇਲੇ ਕਮਿਸ਼ਨ ਦਾ ਸਟੇਟਸ ਸੰਵਿਧਾਨਿਕ ਨਹੀਂ ਸੀ, ਅਜੇ ਵੀ ਵੀਰ ਸਿੰਘ ਵੇਲੇ ਕਮਿਸ਼ਨ ਦਾ ਸਟੇਟਸ ਸੰਵਿਧਾਨਿਕ ਬਣ ਗਿਆ ਸੀ ਤੇ ਹੁਣ ਵੀ ਸੰਵਿਧਾਨਿਕ ਹੈ ਤੇ ਸੰਵਿਧਾਨਿਕ ਕਮਿਸ਼ਨ ਦੀਆਂ ਨੀਤੀਆਂ ਨੂੰ ਸਰਕਾਰ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਤੇ ਅਜੇ ਖੇਤੀ ਨੀਤੀ ਕਦੋਂ ਬਣਨੀ ਹੈ ਇਹ ਅਜੇ ਦੇਖਣਾ ਹੈ ਕਿਉਂਕਿ ਕਿਸਾਨਾਂ ਨਾਲ ਵੀ ਸ਼ੇਅਰ ਕੀਤੀ ਹੈ ਹੋਰ ਸਟੇਕ ਹੋਲਡਰਸ ਨਾਲ। ਸੋ ਇਹ ਤਾਂ ਇਹ ਨਟਸ਼ਲ ਮੈਂ ਹੁਣ ਤੱਕ ਦੇ ਖੇਤੀ ਨੀਤੀ ਦੇ ਸਫ਼ਰ ਬਾਰੇ ਕਹਿਣਾ ਚਾਹਾਂਗਾ ਕਿ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਔਰ ਇਹ ਵੀ ਪਤਾ ਹੈ ਕਿ 2000 ਤੋਂ ਆਨਵਰਡ ਕਿਸਾਨ ਖੇਤ ਮਜ਼ਦੂਰ ਸੁਸਾਈਡ ਕਰ ਰਹੇ ਨੇ, 20,000 ਤੋਂ ਉੱਪਰ ਸੁਸਾਈਡ ਕਰ ਚੁੱਕੇ ਨੇ ਤੇ ਖੇਤੀ ਤੇ ਕਿਸਾਨੀ ਬਹੁਤ ਸੰਕਟ ਚ ਹੈ ਤੇ ਹੁਣ ਤੱਕ ਖੇਤੀ ਨੀਤੀ ਕਿਉਂ ਨਹੀਂ ਬਣਾਈ ਗਈ ਇਹ ਇੱਕ ਵੱਡਾ ਸਵਾਲ ਬਣਦਾ ਹੈ ਕਿ ਅਸੀਂ ਕਹਿੰਦੇ ਤਾਂ ਹਾਂ ਪਰ ਖੇਤੀ ਨੀਤੀ ਕਿਉਂ ਨਹੀਂ ਬਣਾਈ। ਕੁਝ ਵੀ ਬਣਾਓ, ਬਣਾਉਣੀ ਤਾਂ ਚਾਹੀਦੀ ਹੈ ਨਾ। ਹੁਣ ਜਿਹੜਾ ਇਹ ਡਰਾਫਟ ਬਣਿਆ ਹੈ ਇਹਦੇ ਵਿੱਚ ਮੈਂ ਕਾਫੀ ਕੱਲ ਦਾ ਵੇਖਿਆ ਹੈ, ਪੜ੍ਹਿਆ ਵੀ ਹੈ ਔਰ ਮੈਨੂੰ ਲੱਗਦਾ ਕਿ ਇੱਕ ਚੀਜ਼ ਤਾਂ ਇਹ ਹੈ ਕਿ ਇਹਨਾਂ ਨੇ ਬੜੇ ਇਸ਼ੂ ਫੋਕਸ ਕੀਤੇ ਨੇ ਤੇ ਉਹਨਾਂ ਇਸ਼ੂਸ ਤੇ ਆਪਣੀਆਂ ਵੱਖ ਵੱਖ ਰੈਕਮੈਂਡੇਸ਼ਨ ਸਿਫਾਰਿਸ਼ਾਂ ਵੀ ਕੀਤੀਆਂ ਨੇ ਜਿਹਦੇ ਵਿੱਚ ਕਿਸਾਨਾਂ ਦੀ ਪੱਖ ਦੀ ਮੰਗ MSP ਲੈ ਲਓ। MSP ਬਾਰੇ ਇਹਨਾਂ ਨੇ ਕਿਹਾ ਕਿ ਜਿਹੜੀ ਇਹ ਲੀਗਲ ਗਰੰਟੀ ਹੈ ਨਾ ਪੰਜਾਬ ਸਟੇਟ ਦੇ ਵਿੱਚ ਜਿਹੜੀਆਂ ਮੋਟੀਆਂ ਮੋਟੀਆਂ ਮੇਨ ਮੁੱਖ ਫਸਲਾਂ ਹੁੰਦੀਆਂ ਉਹਨਾਂ ਤੇ ਲੀਗਲ ਗਰੰਟੀ ਹੋਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਨੂੰ ਇਹ ਕੇਂਦਰ ਸਰਕਾਰ ਨਾਲ ਇਹਦਾ ਟੇਕ ਅਪ ਕਰਨਾ ਚਾਹੀਦਾ ਹੈ। ਦੂਜੀ ਹੈ ਕਿ ਪੈਨਸ਼ਨ ਦਾ ਇਹਨਾਂ ਨੇ ਕਿਹਾ ਕਿ ਜਿਹੜੇ 5 ਏਕੜ ਤੱਕ ਦੇ ਫਾਰਮਰਸ ਨੇ ਉਹਨਾਂ ਨੂੰ 60 ਸਾਲ ਤੋਂ ਬਾਅਦ ਪੈਨਸ਼ਨ ਦਿੱਤੀ ਜਾਣੀ ਚਾਹੀਦੀ। ਇਹ 28 ਨੇ ਉਂਝ ਤਾਂ ਪਰ ਮੈਂ ਮੋਟੀਆਂ ਮੋਟੀਆਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜਾ ਕ੍ਰੈਡਿਟ ਐਂਡ ਡੈਟ ਹੈ ਉਹਦੇ ਵਾਸਤੇ ਇੱਕ ਸਪੈਸ਼ਲ ਡੈਟ ਵੇਵਰ ਸਕੀਮ ਜਿਹੜੀ ਲਿਆਉਣੀ ਚਾਹੀਦੀ ਹੈ ਤੇ ਸਮਾਲ ਫਾਰਮਰ ਮਤਲਬ 5 ਏਕੜ ਤੱਕ ਦੇ ਮਾਲਕੀ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਮਾਫ਼ ਕਰ ਦੇਣਾ ਚਾਹੀਦਾ ਹੈ। ਤੇ ਦੂਜਾ ਹੈ ਕਿ ਜਿਹੜੇ ਸ਼ਾਹੂਕਾਰ ਨੇ ਖਾਸ ਕਰਕੇ ਆੜ੍ਹਤੀਏ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ, ਉਹਨਾਂ ਨੂੰ ਮਨੀ ਲੈਂਡਰ ਦਾ ਉਹਨਾਂ ਕੋਲ ਲਾਇਸੈਂਸ ਹੀ ਨਹੀਂ ਹੈ ਤੇ ਇਹਨਾਂ ਨੇ ਕਿਹਾ ਕਿ ਉਹਦੇ ਮਨੀ ਲੈਂਡਰ ਨੂੰ ਲਾਇਸੈਂਸਿੰਗ ਕੀਤੀ ਜਾਵੇ ਤੇ ਖੇਤੀ ਨੂੰ ਮਿਸ਼ਨ ਮੋਡ ਚਲਾਇਆ ਜਾਵੇ। ਅੱਛਾ, ਇਸ ਤੋਂ ਇਲਾਵਾ ਪਾਣੀ ਦੀ ਗੰਭੀਰ ਸਮੱਸਿਆ ਹੈ ਪੰਜਾਬ ਦੀ ਖੇਤੀ ਦੀ, ਪਾਣੀ ਬੜਾ ਥੱਲੇ ਜਾ ਰਿਹਾ। ਨਾਸਾ ਦੀਆਂ ਸਾਡੇ ਆਪਣੇ ਸੈਂਟਰਲ ਵਾਟਰ ਕਮਿਸ਼ਨ ਦੀਆਂ ਰਿਪੋਰਟਾਂ ਨੇ ਕਿ ਪੰਜਾਬ 'ਚ ਬਹੁਤ ਗੰਭੀਰ ਸੰਕਟ ਅਗਲੇ 15-20 ਸਾਲਾਂ 'ਚ ਆਉਣ ਵਾਲਾ ਹੈ ਤੇ ਖੇਤੀ ਇਹਦੇ ਵਿੱਚ ਇਹਨਾਂ ਨੇ ਸਿਫਾਰਿਸ਼ ਤਾਂ ਕੀਤੀ ਹੈ ਤੇ ਇਹ ਵੀ ਨਿਸ਼ਾਨਦੇਹੀ ਕੀਤੀ ਹੈ ਕਿ ਜਿਹੜੇ 15 ਬਹੁਤ ਜ਼ਿਆਦਾ ਓਵਰ ਐਕਸਪਲੋਇਟਡ ਬਲੋਕਸ ਨੇ ਜਿਹਨਾਂ ਵਿੱਚ 300 ਤੋਂ 400% ਤੱਕ ਪਾਣੀ ਜ਼ਿਆਦਾ ਕੱਢਿਆ ਜਾ ਰਿਹਾ।
ਉਹਨਾਂ ਨੂੰ ਵਿੱਚ ਤਾਂ ਝੋਨਾ ਜਿਹੜਾ ਲਾਉਣਾ ਬਿਲਕੁਲ ਫੋਰਥ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ, ਤੇ ਉਹ ਆਲਟਰਨੇਟ ਫਸਲਾਂ ਜਿਹੜੀਆਂ ਨੇ ਉਹ ਲਿਆਉਣੀਆਂ ਚਾਹੀਦੀਆਂ ਨੇ। ਤੇ ਨਾਲ ਇਹਨਾਂ ਨੇ ਕਿਹਾ ਕਿ ਇੱਕ ਜਿਹੜਾ ਕੁਦਰਤੀ ਜਿਹੜੀ ਨਿਸ਼ਾਨ ਕੁਦਰਤੀ ਜਿੱਥੇ ਜਿੱਥੇ ਫਸਲਾਂ ਹੁੰਦੀਆਂ ਨੇ ਗਰੋਇੰਗ ਕਰੋਪਸ ਇਨ ਦੇਅਰ ਨੈਚੁਰਲ ਗਰੋਇੰਗ ਏਰੀਆ ਉੱਥੇ ਨਿਸ਼ਾਨਦੇ ਕਰਕੇ ਉਹੀ ਉਹੀ ਕਰੋਪਸ ਉੱਥੇ ਉਗਾਈਆਂ ਜਾਣ। ਤੇ ਨਾਲ ਇਹਨਾਂ ਨੇ ਕਿਹਾ ਕਿ 13 ਸੈਂਟਰ ਐਕਸਲੈਂਸ ਜਿਹੜੇ ਉਹ ਕ੍ਰੀਏਟ ਕੀਤੇ ਜਾਣ ਜਿੱਥੇ ਖੋਜ ਹੋਵੇ। ਜਿਵੇਂ ਮਾਫ਼ੀ ਦੀ ਗੱਲ ਕੀਤੀ, MSP ਕੇਂਦਰ ਨਾਲ ਰਲ ਕੇ ਦੇਣ ਦੀ ਗੱਲ ਕੀਤੀ, ਹੁਣ ਕੇਂਦਰ ਦਿੰਦਾ ਕਿ ਨਹੀਂ ਦਿੰਦਾ, ਪੈਨਸ਼ਨ ਦੀ ਗੱਲ ਕੀਤੀ 60 ਸਾਲ ਤੋਂ ਉੱਤੇ ਛੋਟੇ ਕਿਸਾਨਾਂ ਵਾਸਤੇ, ਇਹ ਪੈਸੇ ਕਿੱਥੋਂ ਆਉਣਗੇ? ਲੋਕੀ ਪੁੱਛ ਰਹੇ ਆ ਕਿ ਪੈਸੇ ਕਿੱਥੋਂ ਆਉਣਗੇ, ਹਵਾਈ ਗੱਲਾਂ ਨਹੀਂ ਹੈ। ਇਹਦੇ ਜਵਾਬ ਚ ਮੈਂ ਦੱਸਦਾ ਹੈਗਾ ਕਿ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਅਗਲੇ ਤਾਂ ਅੱਗੇ ਤਾਂ 2.5 ਲੱਖ ਮਿਲਦਾ ਸੀ ਮੁਆਵਜ਼ਾ, ਜਿਹੜਾ ਫਾਰਮਰ ਜਿਹਨੂੰ ਵਰਕਰ ਸੁਇਸਾਈਡ ਕਰ, ਵਰਕਰ ਨੂੰ ਤਾਂ ਬਹੁਤ ਘੱਟ ਮਿਲਦਾ ਸੀ, ਤੇ ਉਹ ਇਹਨਾਂ ਨੇ 10 ਲੱਖ ਦੀ ਰਿਕਮੈਂਡੇਸ਼ਨ ਕੀਤੀ ਹੈ। ਜਿੱਥੋਂ ਤੱਕ ਖੇਤੀ ਨੂੰ ਫ੍ਰੀ ਬਿਜਲੀ ਦੇਣ ਦਾ ਸੰਬੰਧ, ਉਹਦੇ ਬਾਰੇ ਰਿਪੋਰਟ ਸਾਇਲੈਂਟ ਹੈ। ਬਿਲਕੁਲ ਠੀਕ ਹੈ, ਪਰ ਉਹੀ ਗੱਲ ਹੁੰਦੀ ਹੈ ਵੀ ਜਿਹੜਾ ਪੈਸਾ ਕਿੱਥੋਂ ਆਉਣਾ, ਜਿਹੜਾ ਤੁਸੀਂ ਕਹਿਤਾ ਪੈਨਸ਼ਨ ਦੇਣੀ ਆ, ਕਰਜ਼ਾ ਮਾਫ ਕਰਨਾ, ਇਹ ਮੈਨੂੰ ਇਹ ਪਰਸਨਲ ਲੱਗਦਾ ਕਿ ਖੇਤੀ ਦੇ ਵਿੱਚ ਖੇਤੀ ਨੀਤੀ ਕਮੇਟੀ ਜਿਹੜੇ 11 ਮਾਹਰ ਸਨ, ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕਿਹਾ ਹੋਏਗਾ ਕਿ ਸਰਕਾਰ ਆਪੇ ਪੈਸੇ ਲਿਆਵੇ ਜਿੱਥੋਂ ਲਿਆਉਣੇ ਆ, ਰਿਕਮੈਂਡੇਸ਼ਨ ਸਾਡੀਆਂ ਇਹ ਨੇ। ਤੇ ਇਹ ਪੈਸਾ ਤਾਂ ਤੁਹਾਡੀ ਗੱਲ ਠੀਕ ਹੈ ਕਿ ਪੰਜਾਬ ਸਰਕਾਰ ਕੋਲ ਪੈਸਾ ਤਾਂ ਹੈ ਨੀ, ਵਿੱਤੀ ਸੰਕਟ ਬਹੁਤ ਡੂੰਘਾ ਹੈ ਔਰ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ ਔਰ ਹਰ ਸਾਲ 25-30 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੜ੍ਹ ਰਿਹਾ ਲੱਥਣ ਦੀ ਬਜਾਏ, ਔਰ ਇਹ ਕਰਜ਼ਾ ਜਦੋਂ ਇਹਨਾਂ ਨੇ ਟੇਕਅਪ ਕੀਤਾ ਸੀ ਉਦੋਂ 2.81 ਲੱਖ ਕਰੋੜ ਸੀ, ਹੁਣ ਇਹ 3.5 ਲੱਖ ਕਰੋੜ ਹੈ। ਇਹ ਹੋ ਸਕਦਾ ਅੱਗੇ ਹੋਰ ਵੀ ਵਧੇਗਾ, ਕਿਉਂਕਿ 30 ਕੁ ਹਜ਼ਾਰ ਤੇ ਲਗਭਗ ਹਰ ਸਾਲ ਵਾਧਾ ਹੋ ਰਿਹਾ 30 ਹਜ਼ਾਰ ਕਰੋੜ ਦਾ। ਸੋ ਇਹ ਤੁਹਾਡਾ ਗੱਲ ਤੇ ਜਿਹੜੇ ਵਿਊਅਰਸ ਨੇ ਤੇ ਹੋਰ ਸਾਰੇ ਉਹਨਾਂ ਦਾ ਬੜਾ ਵਾਜਿਬ ਇਹ ਸ਼ੰਕਾ ਹੈ ਕਿ ਇਹ ਲਾਗੂ ਕਿਵੇਂ ਹੋਏ, ਕਿਉਂਕਿ ਵਿੱਤ ਤੋਂ ਬਿਨਾਂ ਇਹ ਲਾਗੂ ਨਹੀਂ ਹੋ ਸਕਦੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਕੁਛ ਇਹਦੇ ਸਿਫਾਰਿਸ਼ਾਂ ਨੇ ਜਿਹੜੀਆਂ ਸ਼ਾਇਦ ਵਿੱਤ ਤੋਂ ਬਿਨਾਂ ਵੀ ਲਾਗੂ ਹੋ ਸਕਦੀਆਂ ਨੇ, ਉਹ ਤੇ ਜ਼ਰੂਰ ਕਰਨੀਆਂ ਚਾਹੀਦੀਆਂ। ਬਿਲਕੁਲ, ਫਾਰਮਰ ਪ੍ਰੋਡਿਊਸਰਸ ਆਰਗੇਨਾਈਜੇਸ਼ਨਸ ਹੈ ਜਾਂ ਕੋਆਪਰੇਟਿਵ ਅਦਾਰੇ ਨੇ, ਕੋਆਪਰੇਟਿਵ ਮਿੱਲਾਂ ਨੇ ਜਾਂ ਮਿਲਕ ਫੈਡ ਆ, ਮਾਰਕ ਫੈਡ ਆ, ਸ਼ੂਗਰ ਫੈਡ ਆ, ਉਹ ਇਹ ਜਿਹੜੇ ਆ ਉਹਨਾਂ ਦੇ ਚੇਅਰਮੈਨ ਮੇਨ ਏਰੀਏ ਦੇ ਲਾਏ ਜਾ ਸਕਦੇ ਨੇ, ਉਹਨਾਂ ਚ ਜਿਹੜੀ ਟਰਾਂਸਪੇਰੈਂਸੀ ਤੇ ਲੋਕਤੰਤਰ ਢਾਂਚਾ ਬਣਾਇਆ ਜਾ ਸਕਦਾ ਹੈ। ਮਨਰੇਗਾ ਦਾ ਜਿਵੇਂ ਕਿਹਾ ਹੈ, ਮਨਰੇਗਾ ਦੇ ਨੂੰ ਹੋਰ ਚੁਸਤ ਦਰੁਸਤ ਕੀਤਾ ਜਾ ਸਕਦਾ। ਇਹਨਾਂ ਨੇ ਤਾਂ ਰਿਕਮੈਂਡੇਸ਼ਨ ਕੀਤੀ ਹੈ ਕਿ 100 ਤੋਂ 200 ਦਿਨ ਕਰ ਦਿੱਤਾ ਜਾਵੇ, ਪਰ ਆਲਮ ਇਹ ਹੈ ਕਿ 35-40 ਦਿਨ ਵੀ ਨਹੀਂ ਮਨਰੇਗਾ ਦੇ ਅਜੇ ਮਿਲ ਰਹੇ। ਠੀਕ ਹੈ, ਸੋ ਇਹ ਸਾਰੇ ਕੁਛ ਤੇ ਖੇਤੀ ਖੋਜ ਤੇ ਵੀ ਇਹਨਾਂ ਨੇ ਕਿਹਾ ਕਿ ਪ੍ਰਸਾਰ ਤੇ ਵੀ ਹੋਏ, ਔਰ ਨਾਲ ਇਹਨਾਂ ਨੇ ਸਿੰਧ ਸਾਹਿਬ ਇੱਕ ਬਹੁਤ ਕਮਾਲ ਦੀ ਜਿਹੜਾ ਪੁਆਇੰਟ ਆਊਟ ਕੀਤਾ, ਰਿਕਮੈਂਡੇਸ਼ਨ ਹੈ ਕਿ ਖੇਤੀ ਯੂਨੀਵਰਸਿਟੀ ਤੇ ਜਿਹੜੀ ਗੜਵਾਸੂ ਯੂਨੀਵਰਸਿਟੀ ਹੈ ਤੇ ਡਿਪਾਰਟਮੈਂਟ ਖੇਤੀ ਨਾਲ ਰਿਲੇਟਡ ਹੈ, ਉਹਨਾਂ ਚ 35-40% ਪੋਸਟਾਂ ਤਾਂ ਖਾਲੀ ਪਈਆਂ ਨੇ। ਓਕੇ, ਉਹ ਭਰੀਆਂ ਜਾਣ, ਅਜੇ ਆਪਾਂ ਉਹਨਾਂ ਨੂੰ ਹੀ ਨਹੀਂ ਭਰਦੇ, ਤੇ ਇਹ ਸਾਰਾ ਕੁਛ ਕਿਵੇਂ ਲੱਗ ਹੋਏ। ਇਹ ਬਹੁਤ ਵਾਜਿਬ ਗੱਲ ਹੈ ਕਿ ਜਿਹੜਾ ਇਸ ਦੇ ਬਾਰੇ ਰਿਸੋਰਸਿਸ ਜਿਹੜੇ ਹੈ ਉਹ ਸਰਕਾਰ ਨੂੰ ਜੁਟਾਉਣੇ ਚਾਹੀਦੇ ਆ, ਤੇ
ਜਿਟਾ ਸਕਦੀ ਹੈ। ਆਪਣੀ ਪਹਿਲਾਂ ਵੀ ਗੱਲ ਹੋਈ ਹੈ ਕਿ 25,000 crore ਰੁਪਇਆ ਹੋਰ ਸਰਕਾਰੀ ਖਜ਼ਾਨੇ ਚ ਲਿਆਂਦਾ ਜਾ ਸਕਦਾ। ਸੋ ਇਸ ਪਾਸੇ ਜਿਹੜਾ ਇਹ ਦੇਖੋ ਕਿ ਆਉਣ ਵਾਲੇ ਸਮੇਂ ਚ ਕਿਸਾਨ ਇਸ ਨੂੰ ਕਿਵੇਂ ਲੈਂਦੇ ਨੇ, ਐਕਸਪਰਟਸ ਇਸ ਤੇ ਕੀ ਟੀਕਾ ਟਿੱਪਣੀ ਕਰਦੇ ਆ, ਸਰਕਾਰ ਇਹਨੂੰ ਕਦੋਂ ਖੇਤੀ ਨੀਤੀ ਬਣਾਉਂਦੀ ਹੈ ਔਰ ਫਿਰ ਲਾਗੂ ਕਰਦੀ। ਮਿਹਰਬਾਨੀ, ਥੈਂਕ ਯੂ ਸੋ ਮਚ। ਲਾਗੂ ਕਰਨਾ ਤਾਂ ਇੱਕ ਰੋਡ ਮੈਪ ਹੋਏਗਾ, ਬਿਲਕੁਲ, ਅਜੇ ਤਾਂ ਬਣਾਉਣ ਨੂੰ ਪਤਾ ਨੀ ਕਿੰਨਾ ਟਾਈਮ ਲੱਗੇਗਾ। ਬਿਲਕੁਲ ਠੀਕ ਹੈ। ਸੋ ਥੈਂਕ ਯੂ ਸੋ ਮਚ, ਥੈਂਕ ਯੂ।